ਸਤਿ ਸ਼੍ਰੀ ਅਕਾਲ, ਪੀਬੀ 32 ਨਵਾਂ ਸ਼ਹਿਰ ਦੇਖ ਰਹੇ ਹੋ। ਕਰਿਆਮ ਰੋਡ ਤੇ ਬਿਜਲੀ ਦੀਆਂ ਤਾਰਾਂ ਕਰਕੇ ਪਰਾਲੀ ਨੂੰ ਅੱਗ ਲੱਗ ਗਈ, ਜਿਸ ਕਰਕੇ ਆਲੇ ਦੁਆਲੇ ਦੇ ਖੇਤਾਂ ਵਿੱਚ ਫਸਲਾਂ ਤੇ ਵੀ ਮਾੜਾ ਪ੍ਰਭਾਵ ਪਿਆ। ਜਾਣਕਾਰੀ ਅਨੁਸਾਰ ਜਿਹੜੇ ਖੇਤਾਂ ਵਿੱਚ ਪਰਾਲੀ ਦੀਆਂ ਪੰਡਾਂ ਨੂੰ ਅੱਗ ਲੱਗੀ ਹੈ, ਉਹਨਾਂ ਉੱਪਰੋਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਸਨ ਜੋ ਕਿ ਢਿੱਲੀਆਂ ਹੋ ਗਈਆਂ ਸੀ। ਤਾਰਾਂ ਦੇ ਆਪਸ ਵਿੱਚ ਜੁੜਨ ਕਰਕੇ ਪਰਾਲੀ ਨੂੰ ਅੱਗ ਲੱਗੀ ਹੈ। ਨਾਲ ਦੀ ਨਾਲ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਖੇਤਾਂ ਵਿੱਚ ਵੀ ਟੀ ਆਫ ਹੋ ਰਿਹਾ ਹੈ, ਜਿਸ ਦੀ ਖਬਰ ਬਿਜਲੀ ਮਹਿਕਮੇ ਨੂੰ ਦਿੱਤੀ ਸੀ ਪਰ ਉਹਨਾਂ ਨੇ ਕੋਈ ਵੀ ਗੌਰ ਨਹੀਂ ਕੀਤੀ। ਲੋਕਾਂ ਨੇ ਇਤਰਾਜ਼ ਜਤਾਉਂਦਿਆਂ ਕਿਹਾ ਹੈ ਕਿ ਅਸੀਂ ਕਈ ਵਾਰ ਕਿਹਾ ਸੀ ਕਿ ਇੱਥੋਂ ਪਰਾਲੀ ਚੱਕ ਲਵੋ ਕਿਉਂਕਿ ਇਸ ਨਾਲ ਬਦਬੂ ਬਹੁਤ ਆਉਂਦੀ ਹੈ, ਪਰ ਇਹਨਾਂ ਨੇ ਨਹੀਂ ਮੰਨੀ। ਹੁਣ ਜੋ ਉਹਨਾਂ ਦਾ ਨੁਕਸਾਨ ਹੋਇਆ ਹੈ ਸਾਨੂੰ ਅਫਸੋਸ ਤਾਂ ਹੈ, ਪਰ ਜੋ ਸਾਡਾ ਨੁਕਸਾਨ ਹੋਇਆ ਹੈ ਉਹ ਕੌਣ ਭਰੂਗਾ? ਅਤੇ ਉਹਨਾਂ ਨੇ ਬਿਜਲੀ ਮਹਿਕਮੇ 'ਤੇ ਵੀ ਇਤਰਾਜ਼ ਜਤਾਉਂਦਿਆਂ ਕਿਹਾ ਹੈ ਕਿ ਉਹਨਾਂ ਨੂੰ ਅਸੀਂ ਕਈ ਵਾਰ ਸੂਚਿਤ ਕੀਤਾ ਸੀ ਕਿ ਤਾਰਾਂ ਢਿੱਲੀਆਂ ਹਨ ਅਤੇ ਟੀ ਆਫ ਹੋ ਰਿਹਾ ਹੈ, ਪਰ ਉਹਨਾਂ ਨੇ ਕੋਈ ਵੀ ਹੱਲ ਨਹੀਂ ਕੀਤਾ। ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ। ਆਪਣੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ, ਅਤੇ ਆਪਣੇ ਕਰਿਆਮ ਰੋਡ 'ਤੇ ਲੱਗੀ ਹੈ ਜੀ ਬੇਗਮਪੁਰ ਦੇ ਨਾਲ ਪਰਾਲੀ ਨੂੰ ਅੱਗ, 20 ਖੇਤਾਂ 'ਚ ਪਰਾਲੀ ਹੈ ਜੀ, ਅਤੇ ਆਪਣੇ ਨਾਲ ਮੱਕੀ ਆ ਜੀ, 1.5 ਖੇਤ ਆਪਣਾ ਮੱਕੀ ਦਾ ਐਨ ਖਰਾਬ ਹੋ ਗਿਆ ਹੈ ਜੀ। ਅਤੇ ਬਾਕੀ ਮੈਂ ਇਹ ਗੱਲ ਕਹਿੰਦਾ, ਨਾ ਇੱਥੇ ਕੋਈ ਫਾਇਰ ਬ੍ਰਿਗੇਡ ਆ, ਨਾ ਕੋਈ ਇੱਥੇ ਪੁਲਿਸ ਵਾਲਾ ਆ, ਨਾ ਕੋਈ ਇੱਥੇ ਪ੍ਰਸ਼ਾਸਨ ਕੋਈ ਵੀ ਨਹੀਂ ਹੈਗਾ। ਜਿਹੜੇ ਜਿਹਨਾਂ ਕੰਪਨੀ ਵਾਲੇ ਜਿਹਨਾਂ ਦੀ ਹੈਗੀ ਆ, ਉਹ ਇੱਥੇ ਕੋਈ ਨਹੀਂ ਗੌਰ ਕਰ ਰਿਹਾ ਆ, ਅਤੇ ਅੱਗ ਹੱਲੇ ਵੀ ਇਹ ਸਾਰੀ ਚੱਲ ਰਹੀ ਆ। ਅਤੇ ਬਾਕੀ ਆਪਣੇ ਨਾਲ ਆਪਣੇ ਘਰ ਵਾ ਆਪਣਾ, ਜੇ ਆਪਣੀ ਲੱਖਾਂ ਦੀ ਪ੍ਰੋਪਰਟੀ ਨੂੰ ਕੋਈ ਨੁਕਸਾਨ ਹੋ ਗਿਆ ਤਾਂ ਜ਼ਿੰਮੇਵਾਰ ਇਹ ਹੋਊਗੇ। ਆਪਣੇ ਅੰਦਰ ਡੀਜ਼ਲ ਦੇ ਟੈਂਕ ਵੀ ਗੜੇ ਆ, ਟਰੈਕਟਰ ਵੀ ਗੜੇ ਆ, ਪਸ਼ੂ ਆ, ਤੂੜੀ ਆ, ਲੱਖਾਂ ਦੀ ਪ੍ਰੋਪਰਟੀ ਹੈਗੀ ਆਪਣੇ, ਜਿੰਨੀ ਲੱਖਾਂ ਦੀ ਜਾਣੀ ਮਸ਼ੀਨਰੀ ਆ ਜਾਂ ਹੋਰ ਵੀ ਕਹਿ ਲਓ, ਹੈ ਨਾ, ਇੱਥੇ ਤੱਕ ਇਹ ਅੱਗ ਜਾ ਸਕਦੀ ਆ। ਕਹਾਂ ਬੇਗਮਪੁਰ ਨਾਲ ਹੀ ਆ ਜੀ, ਕਣਕ ਵਾਲੇ ਖੇਤਾਂ 'ਚ ਜਿੱਥੇ ਮਰਜ਼ੀ ਅੱਗ ਜਾ ਸਕਦੀ ਹੈ ਜੀ। ਅਤੇ ਬਾਕੀ ਜੇ ਆਪਾਂ ਉਹਨਾਂ ਨੂੰ ਕਹਿੰਦੇ ਹਾਂ, ਉਹ ਕਹਿੰਦੇ ਜੀ ਤੁਸੀਂ ਜੋ ਮਰਜ਼ੀ ਕਰ ਲਓ, ਬਸ਼ੱਕ ਆਪਣੀ ਮੀਡੀਆ 'ਚ ਪਾ ਲਓ, ਫਲਾਨੇ 'ਚ ਪਾ ਲਓ, ਜਿਹ 'ਚ ਮਰਜ਼ੀ ਪਾ ਲਓ, ਤੁਸੀਂ ਜੋ ਕਰਨਾ ਕਰ ਲਓ, ਜੋ ਅਸੀਂ ਕਰਨਾ ਉਹ ਅਸੀਂ ਕਰਕੇ ਤੁਹਾਨੂੰ ਦਿਖਾ ਦੇਵਾਂਗੇ। ਅਤੇ ਜਾਣੀ ਇਹ ਤਾਂ ਮੀਡੀਆ ਵਾਲਿਆਂ ਨੂੰ ਸਾਰਿਆਂ ਨੂੰ ਇੱਕ ਕਿਸਮ ਦੀ ਧਮਕੀ ਦੇ ਰਹੇ ਆ ਕਿ ਮੀਡੀਆ ਤਾਂ ਕੁਛ ਹੁੰਦਾ ਹੀ ਨਹੀਂ ਹੈਗਾ। ਅਤੇ ਬਾਕੀ ਹਾਲੇ ਵੀ ਕੋਈ ਇੱਥੇ ਫਾਇਰ ਬ੍ਰਿਗੇਡ ਨਹੀਂ ਹੈਗੀ, ਕੋਈ ਬੰਦਾ ਨਹੀਂ ਹੈਗਾ ਜੀ। ਅੱਗ ਸਾਰੇ 8-9 ਚੱਕਿਆਂ ਨੂੰ ਮਤਲਬ ਅੱਗ ਲਗਾਤਾਰ ਚੱਲੀ ਜਾ ਰਹੀ ਹੈ ਜੀ, ਧੁਖੀ ਜਾ ਰਹੀ ਆ। ਅਤੇ ਬਾਕੀ ਉੱਪਰ ਬਿਜਲੀ ਦੀਆਂ ਲਾਈਨ ਵਾ ਜੀ, ਕੋਈ ਲਾਈਨ ਦੀ ਉਹ ਟਾਇਟ ਨਹੀਂ ਹੈਗੀ ਜੀ, ਕੋਈ ਕੁਛ ਨਹੀਂ ਹੈਗਾ। ਉਹ ਲਾਈਨ ਇੰਨੀ ਢਿੱਲੀ ਆ, ਜਾਣੀ ਉਹ ਲਾਈਨ ਦੇ ਸ਼ੋਰਟ ਸਰਕਟ ਹੋਣ ਦੇ ਨਾਲ ਹੀ ਉਹਨੂੰ ਅੱਗ ਲੱਗੀ ਆ। ਅਤੇ ਜਦੋਂ ਵੀ ਆਪਾਂ ਮਹਿਕਮੇ ਵਾਲੇ ਨੂੰ ਕਹਿੰਦੇ ਹਾਂ ਜੀ ਅੱਜ ਕਰ ਦਿਆਂਗੇ, ਕੱਲ੍ਹ ਨੂੰ ਕਰ ਦਿਆਂਗੇ ਜੀ, ਇਹ 24 ਘੰਟੇ ਲਾਈਨ ਆ ਜੀ KC ਕਾਲਜ ਵਾਲੀ। ਅਤੇ ਬਾਕੀ ਇਹੀ ਆ ਬਈ, ਸਰਕਾਰਾਂ ਵੱਲ ਸਾਰਿਆਂ ਦਾ ਧਿਆਨ ਵਾ, ਸਾਡੇ CM ਸਾਹਿਬ ਅੱਜ ਸ਼ਹਿਰ ਨਵੇਂ ਸ਼ਹਿਰ ਆਏ ਹੋ ਆ, ਅਤੇ ਬਾਕੀ ਸਾਰੇ ਉੱਥੇ ਉਹਨਾਂ ਦੇ ਦੁਆਲੇ ਆ, ਅਤੇ ਪਿੱਛੇ ਜੋ ਮਰਜ਼ੀ ਹੋਈ ਆ, ਭਾਵੇਂ ਪਿੰਡਾਂ ਦੇ ਪਿੰਡ ਸੜ ਜਾਣ। ਅਤੇ ਬਾਕੀ ਇਹ ਸਿਸਟਮ ਸਾਡਾ ਇੱਦਾਂ ਦਾ ਹੈ ਨਾ ਕਿ ਕਿਸੇ ਦੀ ਆਪਾਂ ਕੋਈ ਕਿਸੇ ਦੀ ਸਾਰ ਨਹੀਂ ਲੈ ਰਿਹਾ, ਕੋਈ ਕਿਸੇ ਜ਼ਿਮੀਂਦਾਰ ਦਾਰਨਾ ਨਹੀਂ ਕੋਈ ਖੜ ਰਿਹਾ। ਹੁਣ ਸਾਡੀ ਪੁੱਤਾਂ ਵਾਂਗੂ ਫਸਲ ਅਸੀਂ ਮੱਕੀ ਪਾਲੀ ਉਹ ਆ, ਉਹ ਸਾਡਾ ਕਿੰਨਾ ਸਾਡਾ ਨੁਕਸਾਨ ਆ, ਕੋਈ ਉਹਦਾ ਹਰਜ਼ਾਨਾ ਸਾਨੂੰ ਭਰੂਗਾ? ਕੋਈ ਜ਼ਿੰਮੇਵਾਰ ਹੈਗਾ? ਅਤੇ ਬਾਕੀ ਇਹੀ ਸਾਰਿਆਂ ਨੂੰ ਬੇਨਤੀ ਆ ਕਿ ਆਪਣੇ ਖੇਤਾਂ 'ਚ ਪਰਾਲੀ ਨਾ ਲੱਗਣ ਦਿਓ। ਜੇ ਤੁਸੀਂ ਲਾਉਣੀ ਵੀ ਆ ਤਾਂ ਉਹਨੂੰ ਆਪਣਾ ਐਰਗੂਮੈਂਟ, ਉਹ ਆਪਣਾ ਪੇਪਰ ਵਰਕ ਕਰਵਾ ਕੇ, ਪੂਰਾ ਆਪਣੀਆਂ ਲਿਖਾ ਕੇ ਸ਼ਰਤਾਂ, ਉਹ ਬੰਦਾ ਲਵਾ, ਉਹ ਬੰਦੇ ਦੀ ਪਰਾਲੀ ਲਵਾਈ ਜਾਵੇ। ਬਸ ਇਹੀ ਬੇਨਤੀ ਹੈ ਜੀ, ਧੰਨਵਾਦ।